ਰਹਿਮਾਨ ਰਹੀਮ ਅਸਲਾਮ ਵਾਲੇਕਮ। ਅੱਲਾਹ ਤਾਲਾ ਦੀ ਰਹਿਮਤ ਬਰਕਤ ਕਰਮ ਸ਼ੁਕਰ ਕੇ ਸਾਥ ਸ਼ੁਰੂ ਕਰਦੇ ਹਾਂ ਅੱਜ ਦਾ ਵਲੋਗ। ਵੀ ਮੈਂ ਤੁਹਾਡੇ ਨਾਲ ਕੱਪੜੇ ਕਾਫੀ ਸਾਰੇ ਧੋਲੇ ਨੇ ਸਾਡੀ ਨਾ, ਪਾਣੀ ਬੰਦ ਸੀ ਨਾ, ਮੈਂ ਮਸ਼ੀਨ ਇੱਥੋਂ ਮਸ਼ੀਨ ਚੁੱਕ ਕੇ ਉੱਥੇ ਰੱਖ ਕੇ ਉੱਥੇ ਡਰਾਈ ਲਾਈ ਹੈ, ਅਤੇ ਉੱਥੇ ਮੈਂ ਮਸ਼ੀਨ ਲਾ ਕੇ ਕੱਪੜੇ ਕਾਫੀ ਸਾਰੇ ਧੋਲੇ ਨੇ। ਕਿ ਨਾ ਮੇਰੇ ਬੇਟੇ ਨੇ ਜਾਣਾ ਸੀ, ਸ਼ਰਟਾਂ ਸ਼ੁਰਟਾਂ ਸਾਰੀਆਂ ਮੈਂ ਧੋਤੀਆਂ ਨੇ, ਟਰੋਜ਼ਰ ਕਿਹੜੇ ਨੇ ਬਾਹਰ ਧੋ ਦਿੱਤੇ, ਪੈਂਟਾਂ ਦੇ ਟਰੋਜ਼ਰ ਬਾਹਰ ਧੋ ਕੇ ਸੁੱਕਣੇ ਪਾਏ ਨੇ, ਅਤੇ ਆਪਣੇ ਸਾਰੇ ਕੱਪੜੇ ਮੈਂ ਇੱਥੇ ਅੰਦਰ ਪਾ ਲਏ ਨੇ। ਅਤੇ ਅੱਜ ਆਪਾਂ ਬਣਾਉਣ ਲੱਗੇ ਹਾਂ ਤੰਦੂਰੀ ਚਿਕਨ ਬਣਾਉਣ ਲੱਗੇ ਹਾਂ। ਅਤੇ ਨਾ ਮੈਨੂੰ ਕਿਹੜੇ ਰਾਤੀ ਨਾ ਮੈਨੂੰ ਕੱਲ੍ਹ ਕਮਿੰਟ ਆਏ ਨੇ ਨਾ, ਅਤੇ ਇਹ ਸੂਟ ਦੇ ਆਏ ਨੇ ਕਿ ਇਹ ਸੂਟ ਤੁਸੀਂ ਕਿੱਥੋਂ ਲਿਆ ਸੀਗਾ। ਇਹ ਸੂਟ ਮੈਂ ਲਿਆ ਹੈ ਆਪਣੇ ਸ਼ਹਿਰ ਦੇ ਵਿੱਚੋਂ, ਕਿੱਥੇ ਅਸੀਂ ਰਹਿੰਦੇ ਹਾਂ ਨਾ, ਅਸੀਂ ਉੱਥੋਂ ਲਿਆ ਵਾ ਸੂਟ। ਇਹ ਵੀ ਮੈਂ ਛੋਟੀ ਈਦ 'ਤੇ ਲਿਆਂਦਾ ਸੀ, ਛੋਟੀ ਈਦ 'ਤੇ ਲਿਆਂਦਾ ਸੀ ਨਾ, ਇਹ ਛੋਟੀ ਈਦ 'ਤੇ ਮੈਂ ਲਿਆਂਦਾ ਵਾ ਸੂਟ। ਅਤੇ ਇਹਦਾ ਕਲਰ ਕਿਹੜਾ ਨਾ, ਇਹ ਮੈਨੂੰ ਪਸੰਦ ਸੀਗਾ ਕਿ ਮੈਂ ਥੋੜ੍ਹੇ ਨਾ ਤੇਜ਼ ਕਲਰ ਪਾਉਣੇ, ਅਤੇ ਮੇਰੀ ਬੇਟੀ ਨਾਲ ਜਾਂਦੀ ਤਾਂ ਉਹ ਕਹਿੰਦੀ ਮੰਮਾ ਤੁਸੀਂ ਥੋੜ੍ਹੇ ਨਾ ਹਲਕੇ ਕਲਰ ਲਿਆ ਕਰੋ, ਅਤੇ ਮੈਨੂੰ ਕਿਹੜੇ ਹਲਕੇ ਕਲਰ ਨੇ ਇਹਨੂੰ ਪਸੰਦ ਨਹੀਂ ਨਾ, ਮੈਨੂੰ ਥੋੜ੍ਹੇ ਤੇਜ਼ ਕਲਰ ਪਸੰਦ ਨੇ। ਅਤੇ ਮੈਂ ਕਹਿੰਦੀ ਕਿਹੜੇ ਨਾ ਕੱਪੜੇ ਫਟ ਵੀ ਜਾਣਗੇ ਨਾ, ਤਾਂ ਉਹਨਾਂ ਦਾ ਕਲਰ ਕਿਹੜਾ ਨਾ ਚੇਂਜ ਨਹੀਂ ਹੋਣਾ ਚਾਹੀਦਾ, ਕਲਰ ਉੱਦਾਂ ਹੀ ਰਹਿਣਾ ਚਾਹੀਦਾ। ਅਤੇ ਹਾਲੇ ਕਿ ਮੈਂ ਦੁਪੱਟਾ ਹੁਣ ਪੁੱਠਾ ਹੀ ਮੇਰੇ ਉੱਤੇ ਆ ਗਿਆ ਵਾ, ਅਤੇ ਆਹ ਦੇਖੋ ਇਹਦਾ ਕਲਰ ਕਿੰਨਾ ਪਿਆਰਾ ਆ, ਬੜਾ ਖੂਬਸੂਰਤ ਹੈ। ਅਤੇ ਇਹ ਅਸੀਂ ਆਪਣੇ ਲਿਆ ਵਾ ਸ਼ਹਿਰ ਦੇ ਵਿੱਚੋਂ, ਕਿੱਥੇ ਅਸੀਂ ਰਹਿ ਰਹੇ ਹਾਂ ਨਾ, ਉਸ ਸ਼ਹਿਰ ਦੇ ਵਿੱਚੋਂ ਅਸੀਂ ਸੂਟ ਲਿਆ ਹੈ। ਅਤੇ ਮੈਂ ਕਦੋਂ ਹੀ ਕੱਪੜੇ ਲੈਂਦੀ ਹਾਂ, ਮੈਂ ਆਪਣੀ ਪਸੰਦ ਲੈਂਦੀ ਹੁੰਦੀ ਹਾਂ, ਕਲਰ ਆਪਣੀ ਪਸੰਦ ਲੈਂਦੀ ਹਾਂ, ਬਹੁਤ ਸੋਹਣੇ ਕਲਰ ਨੇ। ਅਤੇ ਜਿਹਨੇ ਮੈਨੂੰ ਕਮੈਂਟ ਕੀਤਾ ਮੈਨੂੰ ਦੱਸ ਦਿਓ, ਅਤੇ ਫਿਰ ਮੈਂ ਵੀ ਉਹ ਪੀਸੀਆ ਦਾ ਬੰਦਾ ਸੂਟ ਘੱਲ ਲੈਂਦਾ ਹੈਗਾ, ਕਿਉਂਕਿ ਮੈਨੂੰ ਤਾਂ ਪਤਾ ਵਾ ਨਾ ਕਿ ਕਿੱਥੋਂ ਅਸੀਂ ਕਿਹੜੀ ਦੁਕਾਨ 'ਚ ਅਸੀਂ ਕੱਪੜੇ ਲਿਆਉਣੇ ਆ। ਅਤੇ ਇੱਕ ਕਮਿੰਟ ਮੈਨੂੰ ਕੱਪੜਿਆਂ ਦਾ ਆਪਣੇ ਸੂਟ ਦਾ ਆਇਆ ਸੀ, ਅਤੇ ਇੱਕ ਕਮਿੰਟ ਆਇਆ ਸੀ ਪਲਾਓ ਦਾ। ਅਤੇ ਜਿਹਨੇ ਪਤਾ ਨਹੀਂ ਪਿਆ ਨੇ ਕਿ ਭਾਈ ਕਿੰਨੇ ਮੈਨੂੰ ਕਮਿੰਟ ਕੀਤਾ ਸੀਗਾ ਪਲਾਓ ਦਾ, ਅਤੇ ਉਹ ਵੀ ਫਿਰ ਹੁਣ TCS ਹੋਵੇ ਜਾਂ ਤੁਹਾਡਾ ਕੋਈ ਪਤਾ ਸਰ ਹੋਵੇ ਤਾਂ ਬੰਦਾ TCS ਕਰਵਾ ਦਿੰਦਾ ਹੈ। ਪਲਾਓ ਕਿਹੜਾ ਰਾਤੀ ਮੈਂ ਬਣਾਇਆ ਸੀਗਾ, ਤੁਹਾਨੂੰ ਮੈਂ ਉਹ ਭੇਜ ਦੇਵਾਂ। ਅਤੇ ਉੱਦਾਂ ਫਿਰ ਮੈਨੂੰ ਨਹੀਂ ਨਾ ਪਤਾ ਕਿ ਤੁਸੀਂ ਕਿੱਥੋਂ ਨਹੀਂ ਰਹਿਣ ਵਾਲੇ, ਕਿਸਨੇ ਨਹੀਂ ਰਹਿਣ ਵਾਲੇ ਹੈਗੇ, ਤਾਂ ਕਰਕੇ ਫਿਰ ਨਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਮੇਰੇ ਸੂਟ ਦੀ ਵੀ ਤਾਰੀਫ ਕੀਤੀ, ਮੇਰੀ ਪਲਾਓ ਦੀ ਵੀ ਤਾਰੀਫ ਕੀਤੀ, ਬਹੁਤ ਬਹੁਤ ਸ਼ੁਕਰੀਆ ਕਿ ਮੇਰੇ ਭੈਣ ਭਰਾ ਜਿਹੜਾ ਇੰਨਾ ਇਸ ਤਰ੍ਹਾਂ ਤੁਸੀਂ ਮੈਨੂੰ ਸਪੋਰਟ ਕੀਤੀ ਰੱਖੋ, ਅਤੇ ਇਨਸ਼ਾਅੱਲਾ ਆਪਾਂ ਕਿਹੜੇ ਨਾ ਜਲਦੀ ਕਾਮਯਾਬ ਹੋ ਜਾਏ, ਆਪਣਾ ਵਾਸ਼ ਟਾਈਮ ਥੋੜ੍ਹਾ ਘੱਟ ਹੈ, ਅਤੇ ਆਪਣਾ ਵਾਸ਼ ਟਾਈਮ ਕਿਹੜਾ ਨਾ ਇਹ ਪੂਰਾ ਹੋ ਜਾਏਗਾ ਇਨਸ਼ਾਅੱਲਾ ਤਾਲਾ। ਅਤੇ ਹੁਣ ਆਪਾਂ ਬਣਾਉਣ ਲੱਗੇ ਹਾਂ ਤੰਦੂਰੀ ਚਿਕਨ। ਅਤੇ ਆਪਣੇ ਕੋਲ ਹੈਗਾ ਦਹੀਂ, ਇੱਕ ਕੱਪ ਦਹੀਂ ਦਾ, ਇਹਨੂੰ ਮੱਛੀ ਤਰ੍ਹਾਂ ਫੈਂਟ ਲਿਆ ਵਾ, ਅਤੇ ਇਹਦੇ ਵਿੱਚ ਹੁਣ ਆਪਾਂ ਨਾ ਵਿੱਚ ਪਾਉਣੇ ਆ ਮਸਾਲੇ, ਮਸਾਲੇ ਦਹੀਂ ਦੇ ਵਿੱਚ। ਅਤੇ ਸਭ ਤੋਂ ਪਹਿਲੇ ਆਪਾਂ ਲਾਲ ਮਿਰਚਾਂ ਦਾ ਪਾਊਡਰ ਪਾ ਲੈਂਦੇ ਹਾਂ ਇੱਕ ਚਮਚ, ਅਤੇ ਆਹ 2 ਚਮਚ ਆਪਾਂ ਲਾਲ ਮਿਰਚਾਂ ਦਾ ਪਾਊਡਰ ਪਾ ਦਿੱਤਾ ਵਾ, ਅਤੇ ਉਸ ਤੋਂ ਬਾਅਦ 1 ਕੱਪ ਚਮਚ ਹਲਦੀ ਦਾ ਪਾ ਦਿੰਦੇ ਹਾਂ, 1 ਚਮਚ ਪੂਰਾ ਹਲਦੀ ਦਾ। ਅਤੇ ਇਹ ਆਪਣੇ ਕੋਲ ਹੈਗਾ ਤਿੱਖਾ ਮਸਾਲਾ, ਤਿੱਖਾ ਮਸਾਲਾ ਆਪਾਂ 2 ਚਮਚ ਕਿਹੜੇ ਇਹ ਵੀ ਪਾ ਦਿੰਦੇ ਹਾਂ। ਉਸ ਤੋਂ ਬਾਅਦ ਆਪਣੇ ਕੋਲ ਹੈਗਾ ਚਾਟ ਮਸਾਲਾ, ਚਾਟ ਮਸਾਲੇ ਦਾ ਵੀ 1 ਚਮਚ ਪਾ ਦਿੰਦੇ ਹਾਂ, ਭਰ ਕੇ ਚਮਚ ਇੱਕ ਹੋ ਗਿਆ। ਉਸ ਤੋਂ ਬਾਅਦ ਆਪਣੇ ਕੋਲ ਹੈਗਾ ਨਮਕ, ਅਤੇ ਨਮਕ ਵੀ ਆਪਣੇ ਟੇਸਟ ਦੇ ਹਿਸਾਬ ਨਾਲ ਪਾ ਲੈਂਦੇ ਹਾਂ ਕਿ ਨਮਕ ਜ਼ਿਆਦਾ ਕਿਹੜਾ ਨਾ ਉਹ ਨਾ ਹੋ ਜਾਵੇ। ਅਤੇ ਉਸ ਤੋਂ ਬਾਅਦ ਹੈਗਾ ਆਪਣੇ ਕੋਲ ਗਰਮ ਮਸਾਲਾ ਪੀਸਿਆ ਹੋਇਆ, ਇਹ ਪਾ ਦਿੰਦੇ ਆਪਾਂ ਬਸ। ਉਸ ਤੋਂ ਬਾਅਦ ਹੈਗਾ ਸੁੱਕਾ ਧਨੀਆ, ਹਾਲੇ ਹੁਣੇ ਹੁਣੇ ਪੀਸੇ ਆ, ਖੁਸ਼ਬੂ ਮਾਸ਼ਾਅੱਲਾ ਬੜੀ ਪਿਆਰੀ ਆਉਂਦੀ ਪਈ। ਅਤੇ 1 ਚਮਚ ਹੈਗਾ ਮੇਰੇ ਕੋਲ ਕੁੱਟੀ ਹੋਈ ਮਿਰਚ, ਇਹ ਵੀ ਆਪਾਂ ਪਾ ਦਿੰਦੇ ਹਾਂ ਵਿੱਚ ਇਹਦੇ। ਅਤੇ ਉਸ ਤੋਂ ਬਾਅਦ ਹੈਗਾ ਫੂਡ ਕਲਰ ਮੇਰੇ ਕੋਲ, ਕਿਹਨੂੰ ਜ਼ਰਦਾ ਕਲਰ ਬੋਲਦੇ ਆ ਨਾ, ਇਹ ਵੀ ਵਿੱਚ ਪਾ ਦਿੰਦੇ ਹਾਂ। ਅੱਛਾ ਜੀ, ਮਸਾਲੇ ਆਪਾਂ ਦਿੱਤੇ ਨੇ ਪਾ, ਅਤੇ ਹੁਣ ਆਪਾਂ ਨਿੰਬੂ ਨਿਚੋੜ ਲੈਂਦੇ ਹਾਂ। ਨਿੰਬੂ ਵੀ ਮੈਂ ਬਾਜ਼ਾਰੋਂ ਮੰਗਵਾਏ ਸੀਗੇ ਹੁਣੇ ਹੁਣੇ, ਛੁਰੀ ਬੜੀ ਤੇਜ਼ ਲੱਗੀ ਹੈ, ਅਤੇ ਆਪਾਂ ਜ਼ਰਾ ਧਿਆਨ ਨਾਲ ਕੰਮ ਕਰਨਾ ਛੁਰੀ 'ਤੇ। 20 ਆਪਾਂ ਇਹਨਾਂ ਦੇ ਕੱਢ ਲੈਣੇ ਹਾਂ, ਨਿੰਬੂ ਦਾ 20 ਕੱਢ ਕੇ, ਅਤੇ ਆਪਾਂ ਵਿੱਚ ਇਹਦੇ ਨਿੰਬੂ ਨਿਚੋੜ ਦੇਣਾ। 1 ਕੱਪ ਦਹੀਂ, ਨਮਕ, ਮਿਰਚਾਂ, ਹਲਦੀ, ਗਰਮ ਮਸਾਲਾ, ਸੁੱਕਾ ਧਨੀਆ, ਫਿਰ ਉਸ ਤੋਂ ਬਾਅਦ ਹੈਗਾ ਫੂਡ ਕਲਰ, ਅਤੇ ਕੁੱਟੀ ਮਿਰਚ, ਇਹ ਸਾਰੀਆਂ ਚੀਜ਼ਾਂ ਆਪਾਂ ਪਾਈ ਦੀਆਂ। ਹੁਣ ਨਿੰਬੂ ਨਿਚੋੜ ਲੈਂਦੇ ਹਾਂ,
ਅੱਜ ਮੇਰੇ ਬੇਟੇ ਨੇ ਜਾਣਾ ਲਾਹੌਰ, ਅਤੇ ਮੈਂ ਫਿਰ ਮੇਰਾ ਬੜਾ ਬੇਟਾ ਹੈ ਨਾ, ਉਹ ਕਹਿ ਰਿਹਾ ਸੀ ਕਿ ਮੰਮਾ ਆਪਾਂ ਅੱਜ ਨਾ ਤੰਦੂਰੀ ਚਿਕਨ ਬਣਾ ਲਈਏ। ਮੈਂ ਕਿਹਾ ਪੁੱਤ ਤੂੰ ਆਪ ਹੀ ਬਣਾਉਣਾ ਫਿਰ, ਅਤੇ ਉਹਨੇ ਬਣਾਉਣਾ ਉਹਨਾਂ ਨੇ, ਅਤੇ ਵੈਸੇ ਸਾਰਾ ਮਿਕਸ ਕਰਕੇ ਮੈਂ ਦੇਣਾ, ਮਸਾਲਾ ਮਸੂਲਾ ਲਗਾ ਕੇ ਮੈਂ ਦੇਣਾ, ਅਤੇ ਫਿਰ ਆਪਾਂ ਥੋੜ੍ਹਾ ਥੋੜ੍ਹਾ ਆਪਾਂ ਸੀਨ ਲਈ ਜਾਵਾਂਗੇ, ਨਾਲ ਥੋੜ੍ਹਾ ਥੋੜ੍ਹਾ ਵਿਊ ਆਈ ਜਾਵੇਗਾ ਆਪਾਂ ਨੂੰ ਕਿ ਕਰਨਾ। ਉਹਨੇ ਉਹ ਕੈਮਰੇ ਅੱਗੇ ਨਹੀਂ ਨਾ ਆਉਂਦਾ, ਵੈਸੇ ਉਹਨੇ ਚੈਨਲ ਆਪਣਾ ਬਣਾਇਆ ਹੋਇਆ ਹੈ, ਅਤੇ ਉਹਨੇ ਚੈਨਲ ਸਾਨੂੰ ਦੱਸਿਆ ਨਹੀਂ ਹੈਗਾ ਕਿ ਦੱਸੇਗਾ ਨਾ ਨਾਮ, ਫਿਰ ਮੈਂ ਆਪਣੇ ਭੈਣ ਭਰਾਵਾਂ ਨਾਲ ਸ਼ੇਅਰ ਕਰਾਂਗੀ ਉਹਦੇ ਚੈਨਲ ਦਾ ਨਾਮ ਕੀ। ਅਤੇ ਇੱਕ ਨੇ ਬੁਣ ਚੋਲਿਆ ਤਾਂ ਆਪਾਂ ਇੱਕ ਹੋਰ ਨਚੋਲ ਲੈਂਦੇ ਹਾਂ। ਇਹਦੇ ਵਿੱਚ ਤਾਂ ਰਸ ਹੀ ਨਹੀਂ, ਥੱਲੇ ਦੋ ਨਿੰਬੂ ਮੈਂ ਚੋਲ ਲੈਣੇ, ਅਤੇ ਬਸ ਇੰਨੇ ਦੋ ਹੀ ਬਹੁਤ ਨੇ, ਫਿਰ ਉਹਨਾਂ ਬਹੁਤਾ ਖੱਟਾ ਨਾ ਆਵੇ, ਆਪਾਂ ਬਸ ਨਾ ਹਿਸਾਬ ਨਾਲ ਹੀ ਫਿਰ ਪਾਉਣੇ ਹੈਗੇ। ਮੈਂ ਇੰਨਾ ਖਟਾਈ ਕਿੰਨਾ ਹੀ ਖਾ ਸਕਦੀ ਨਾ। ਫਿਰ ਅੱਜ ਮੈਂ ਬਾਜ਼ਾਰ ਗਈ ਸੀ ਨਾ, ਅੱਜ 14 ਅਗਸਤ 'ਤੇ ਮਾਸ਼ਾਲਾ, ਅਤੇ ਨਾ ਅੱਜ ਬਾਜ਼ਾਰ ਮੈਂ ਗਈ ਸੀਗੀ, ਅਤੇ ਅੱਜ ਸੇਲ ਬਹੁਤ ਜ਼ਿਆਦਾ ਲੱਗੀ ਸੀਗੀ। ਇੱਕ ਸੇਲ ਲੱਗੀ ਹੋਈ ਸੀ, ਪੂਰੀ ਕੱਪੜੇ ਸਿਲਾਈ ਵਾਲੀ ਮਸ਼ੀਨਾਂ ਦੀਆਂ ਲੱਗੀਆਂ ਸੀ ਸੇਲ। ਇੱਕ ਤਾਂ ਲੱਗੀ ਸੀਗੀ ਸਾਰੀਆਂ ਕਿਹੜੀਆਂ ਪੱਖੇ ਹੁੰਦੇ ਨੇ ਛੱਤ ਵਾਲੇ ਪੱਖੇ, ਇਹਨਾਂ ਦੀ ਸੇਲ ਲੱਗੀ ਸੀ। ਦੂਸਰੀ ਜਗ੍ਹਾ 'ਤੇ ਸਾਰੇ ਬਰਤਨਾਂ ਦੀ ਸੇਲ ਲੱਗੀ ਸੀਗੀ। ਮੈਂ ਅਤੇ ਮੇਰਾ ਬੇਟਾ ਗਏ ਸੀਗੇ, ਅਤੇ ਅਸੀਂ ਨਾ ਬੈਗ ਲੈਣਾ ਸੀਗਾ ਕੱਪੜਿਆਂ ਵਾਲਾ, ਬੈਗ ਲੈ ਕੇ ਅਸੀਂ ਆਏ ਸੀਗੇ, ਤੁਹਾਨੂੰ ਮੈਂ ਦਿਖਾਵਾਂਗੀ ਉਹਨੇ ਬੈਗ ਵੀ, ਅਤੇ ਉਹ ਬੈਗ ਲੈ ਕੇ ਆਈ ਸੀਗੀ ਮੈਂ, ਅਤੇ ਸੇਲ ਬਹੁਤ ਲੱਗੀ, 3-4 ਦੁਕਾਨਾਂ 'ਤੇ ਸੇਲ ਲੱਗੀ ਹੋਈ ਸੀਗੀ। ਅਤੇ ਅੱਛਾ ਜੀ, ਹੁਣ ਆਪਾਂ ਇਹਨੂੰ ਕਰਨੇ ਆ ਮਿਕਸ ਅੱਛੀ ਤਰ੍ਹਾਂ, ਮਿਕਸ ਕਰਕੇ ਅਤੇ ਫਿਰ ਆਪਾਂ ਨਾ ਇੰਝ ਕਰਦੇ ਹਾਂ, ਦਹੀਂ ਦੇ ਵਿੱਚ ਹੀ ਆਪਾਂ ਮਿਕਸ ਕਰ ਲੈਣਾ। ਦੇਖੋ ਲਓ ਜੀ, ਆਪਣਾ ਸਾਰਾ ਮਿਕਸ ਹੋ ਗਿਆ ਵਾ, ਅਤੇ ਇਹਨੂੰ ਹੁਣ ਆਪਾਂ ਨਾ ਚਿਕਨ ਨੂੰ ਰੱਖਣੇ ਆ ਆਪਣੇ ਕੋਲ। ਆ ਦੇਖੋ ਮਸਾਲੇ ਆਪਾਂ ਇਸ ਸਾਈਡ 'ਤੇ ਕਰ ਦਿੰਦੇ ਹਾਂ, ਅਤੇ ਪਰਾਤ ਆਪਾਂ ਲੈ ਲੈਂਦੇ ਹਾਂ। ਬਜ਼ਾਰੋਂ ਚਿਕਨ ਲਿਆਂਦਾ ਸੀਗਾ, ਅਤੇ ਟੱਕ ਮੇਰੇ ਬੇਟੇ ਨੇ ਲਵਾ ਕੇ ਲਿਆਂਦੇ ਸੀਗਾ, ਦੇਖੋ ਨਾ ਸਾਰੇ ਲੱਗੇ ਹੋਏ ਨੇ ਟੱਕ। ਅੱਛੀ ਤਰ੍ਹਾਂ ਮੈਂ ਇਹਨੂੰ ਧੋ ਲਿਆ ਵਾ ਧੋ ਕੇ, ਅਤੇ ਹੁਣ ਆਪਾਂ ਸ਼ੁਰੂ ਕਰਨੇ ਆ ਇਹਨੂੰ ਪਰਲਾਉਣਾ ਮਸਾਲਾ ਵਗੈਰਾ, ਕਿ ਇਹ ਮਸਾਲਾ ਲਗਾ ਕੇ ਆਪਾਂ ਰੱਖ ਦੇਵਾਂਗੇ ਨਾ 1.5 ਘੰਟਾ ਰੱਖ ਦੇਵਾਂਗੇ, ਅਤੇ ਫਿਰ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਨਾ ਤੰਦੂਰ ਦੇ ਵਿੱਚ ਇਹਨੂੰ ਆਪਾਂ ਫਰਾਈ ਕਰਾਂਗੇ ਅੱਛੀ ਤਰ੍ਹਾਂ। ਤੰਦੂਰੀ ਚਿਕਨ ਰੋਸਟ ਕਰਨਾ, ਤੰਦੂਰੀ ਚਿਕਨ ਨੂੰ ਇਸ ਤਰ੍ਹਾਂ ਕਰਕੇ, ਹੁਣ ਆਪਾਂ ਹੱਥ ਦੀ ਮਦਦ ਨਾਲ ਨਾ ਇਸ ਤਰ੍ਹਾਂ ਕਰਕੇ ਅੱਛੀ ਤਰ੍ਹਾਂ ਆਪਾਂ ਇਹਨੂੰ ਨਾ ਵਿੱਚ ਮਸਾਲਾ ਇਹਨੂੰ ਭਰ ਦਿੰਦੇ ਹਾਂ। ਸਾਰਾ ਹੀ ਇਹਨੂੰ ਲਾਇਆ ਤਾ ਵਾ ਮਸਾਲਾ ਮੁਰਗੇ ਨੂੰ। ਆ ਦੇਖੋ ਮਾਸ਼ਾਅੱਲਾ ਸਾਰਾ ਮਸਾਲਾ ਲਾ ਕੇ ਆਪਾਂ ਰੱਖ ਲਿਆ ਵਾ, ਅਤੇ ਇਹਨੂੰ ਹੁਣ ਆਪਾਂ ਨਾ 1 ਘੰਟਾ ਪੂਰਾ ਰੱਖਣਾ ਹੈ, 1 ਘੰਟਾ 1 ਘੰਟਾ ਰੱਖ ਕੇ, ਅਤੇ ਫਿਰ ਉਸ ਤੋਂ ਬਾਅਦ ਆਪਾਂ ਇਹਦੀਆਂ ਲੱਤਾਂ ਬੰਨਾਂਗੇ, ਇੰਝ ਕਰਕੇ ਲੱਤਾਂ ਬੰਨ੍ਹ ਕੇ, ਅਤੇ ਫਿਰ ਵਿੱਚ ਪਾਵਾਂਗੇ ਸੇਖਾਂ ਪਾ ਕੇ, ਅਤੇ ਫਿਰ ਆਪਾਂ ਇਹਨੂੰ ਤੰਦੂਰ ਦੇ ਵਿੱਚ ਰੱਖਾਂਗੇ, ਅਤੇ ਇਹਨੂੰ ਆਪਾਂ 1 ਘੰਟਾ ਕਿਹੜਾ ਨਾ ਰੈਸਟ ਦਿੰਦੇ ਹਾਂ, ਇਹ ਰੈਸਟ 'ਚ ਰਵੇਗਾ ਕਿ ਇਸ ਤਰ੍ਹਾਂ ਕਰਕੇ। ਅਤੇ ਉਨੀ ਦੇਰ ਨੂੰ ਆਪਾਂ ਅੱਗ ਉੱਗ 'ਚ ਲਾ ਲੈਂਦੇ ਹਾਂ, ਕਿ ਅੱਗ ਫਿਰ ਕੋਲੇ ਕੋਲੇ ਬਣਨਗੇ ਨਾ, ਅਤੇ ਫਿਰ ਜਾ ਕੇ ਇਹਨੇ ਫਰਾਈ ਹੋਣਾ, ਉੱਦਾਂ ਫਿਰ ਅੱਗ ਜਲਦੀ ਨਾ ਬਣੀ ਤਾਂ ਫਿਰ ਮਸਲਾ ਬਣ ਜਾਵੇਗਾ। ਹੁਣ ਆਪਾਂ ਪੁਆੜੀ ਲੈਂਦੇ ਹਾਂ, ਫੜ ਕੇ ਲੱਕੜਾਂ ਨੂੰ ਆਪਣਾ ਕੱਟਦੇ ਹਾਂ, ਇਹਦੇ ਨਾ ਅੱਗ ਦੀ ਤਿਆਰੀ ਕਰਦੇ ਹਾਂ, ਅਤੇ ਇਹਨੂੰ ਆਪਾਂ ਹੁਣ 1 ਘੰਟਾ ਕਿਹੜਾ ਨਾ ਇਹਨੂੰ ਆਪਾਂ ਇੱਦਾਂ ਹੀ ਰੱਖਣਾ ਹੈ, ਠੀਕ ਹੈ ਨਾ। ਚਲੋ ਜੀ ਮਾਸ਼ਾਅੱਲਾ, ਅਸੀਂ ਹੁਣ ਨਾ ਅੱਗ ਦਾ ਜਲਾ ਲਈਏ, ਅਤੇ ਦੇਖਦੇ ਹਾਂ ਅੱਲਾਹ ਪਾਕ ਕਾਮਯਾਬੀ ਕਰਦਾ ਕਿ ਨਹੀਂ ਕਰਦਾ, ਕਿ ਦੇਖਦੇ ਹਾਂ ਕਾਮਯਾਬ ਹੁੰਦੇ ਹਾਂ ਜੇ ਨਹੀਂ ਹੁੰਦੇ ਤੰਦੂਰੀ ਚਿਕਨ ਬਣਾਉਣ 'ਚ। ਕਿ ਦੇਖੋ ਨਾ ਹੁਣ ਅਸੀਂ ਨਾ ਅੱਗ ਮੋਟੀਆਂ ਮੋਟੀਆਂ ਲੱਕੜੀਆਂ ਦੀ ਲਾ ਦਿੱਤੀਆਂ ਨੇ, ਅਤੇ ਲਾ ਕੇ ਦੇਖੋ ਕੋਲ ਗੰਦ ਵੀ ਬੜਾ, ਇਹਨੂੰ ਮੈਂ ਝਾੜੂ ਇੱਕ ਵਾਰੀ ਫੇਰ ਕੇ ਸਫਾਈ ਕਰਦੀ ਹਾਂ, ਅਤੇ ਮੇਰੇ ਬੇਟਾ ਘਰ ਨਾ ਬੜੀ ਮਿਹਨਤ ਕਰਦਾ ਪਿਆ ਕਿ ਇੱਥੇ ਅਸੀਂ ਚਰਗਾ ਬਣਾਉਣਾ, ਤੰਦੂਰੀ ਚਰਗਾ ਬਣਾਉਣਾ, ਤੰਦੂਰੀ ਚਰਗਾ। ਅਤੇ ਇਹ ਹੁਣ ਨਾ ਅੱਗ ਜਲਦੀ ਵੀ, ਅਤੇ ਕੱਪੜੇ ਮੈਂ ਸਾਰੇ ਧੋ ਲੈਣੇ, ਅਤੇ ਬਾਹਰ ਵੀ ਮੈਂ ਟਰੋਜ਼ਰ ਵੇਖਣਾ ਸੁੱਕਣੇ ਪਾਏ, ਇੱਕੋ ਕੰਬਲ ਧੋਤਾ ਵਾ ਅਤੇ ਟਰੋਜ਼ਰ ਧੋਤੇ ਨੇ, ਸਾਰੇ ਸੁੱਕਣੇ ਪਾ ਦਿੱਤੇ ਨੇ,
ਤੇ ਅੰਦਰ ਵੀ ਸਾਰੇ ਸੁਕਨੇ ਪਾਏ ਹੋਏ ਨੇ ਤੇ ਹੁਣ ਉਹ ਰਹਿ ਗਏ ਤੋਂ ਨਾਲੇ ਕਿਹੜੇ ਚਾਰ ਪਾਈ ਤੇ ਪਏ ਨੇ ਇਹ ਹੁਣ ਸੁਬਹ ਧੋਵਾਂਗੇ ਤੇ ਸਾਡਾ ਕਿਹੜਾ ਪਾਣੀ ਹੈ ਨਾ ਇੱਧਰ ਵੇਖੋ ਸਾਡਾ ਬਾਦਾ ਗੁਸਲਖਾਨੇ ਗੰਦ ਵੇਖੋ ਕਿੰਨਾ ਹੋਇਆ ਪਿਆ ਤੇ ਆਹ ਪਾਣੀ ਨਹੀਂ ਨਿਕਲਦਾ ਪਿਆ ਬੜੀ ਮੁਸ਼ਕਲ ਹੀ ਅਸੀਂ ਕਿਹੜਾ ਪਾਣੀ ਕੱਢਦੇ ਪਏ ਤੇ ਹੁਣ ਆਪਾਂ ਨਾ ਫਟਾਫਟ ਕੇ ਰਹਿਣਾ ਤਿਆਰੀ ਕਰਨੇ ਆਪਾਂ ਚੜ ਗਏ ਦੀ ਮਾਸ਼ਾਅੱਲਾ ਚਲੋ ਜੀ ਮਾਸ਼ਾਅੱਲਾ ਆਪਾਂ ਨਾ ਮਸਾਲਾ ਮਸੂਲਾ ਲਾ ਕੇ ਰੱਖ ਦਿੱਤਾ ਸੀਗਾ ਚਰਗੇ ਨੂੰ ਅਤੇ ਹੁਣ ਆਪਾਂ ਇਹਨੂੰ ਨਾ ਰੱਖਦੇ ਹਾਂ ਇਹਦੇ ਵਿੱਚ ਤੰਦੂਰੀ ਦੇ ਵਿੱਚ ਅਤੇ ਕਰਨੇ ਆ ਬਿਸਮਿਲਾ ਅਤੇ ਬਿਸਮਿਲਾ ਕਰਕੇ ਆਪਾਂ ਰੱਖਦੇ ਹਾਂ ਬਿਸਮਿਲਾ ਲਓ ਜੀ ਆਪਾਂ ਰੱਖ ਦਿੱਤਾ ਵਾ ਇਹਨੇ ਤੰਦੂਰੀ ਦੇ ਵਿੱਚ ਹੁਣ ਇਹ ਹੁਣ ਨਾ ਇਹਨੂੰ ਆਸਤਾ ਆਸਤਾ ਆਪਾਂ ਨਾ ਪੱਕਣ ਦੇ ਇਹਨਾਂ 'ਤੇ ਆਇਲ ਲਿਆਉਂਦੇ ਹਾਂ ਆਪਾਂ ਅਤੇ ਬੁਰਸ਼ ਦੇ ਨਾਲ ਨਾ ਘੀ ਆਪਾਂ ਲਾਉਂਦੇ ਜਾਂਦੇ ਹਾਂ ਦਿੱਤਾ ਵਾ ਚਰਗਾ ਵਿੱਚ ਅਤੇ ਹੁਣ ਆਪਾਂ ਫਿਰ ਆਏ ਹਾਂ ਨਾ ਮਸਾਲਾ ਇਹ ਵੀ ਮੈਂ ਇਹਦੇ ਉੱਤੇ ਇਵੇਂ ਪਾ ਦਿੰਦੀ ਹਾਂ ਅਤੇ ਇਹ ਆ ਕੇ ਇਹ ਫਿਰ ਨਾ ਇਵੇਂ ਜ਼ਾਇਆ ਨਾ ਹੋਵੇਗਾ ਅਤੇ ਮਾਸ਼ਾਅੱਲਾ ਅੱਗ ਬੜੀ ਤੇਜ਼ ਹੈਗੀ ਸੀਗੀ ਅਤੇ ਮੈਂ ਕਿਹਾ ਇਹਨੂੰ ਰੱਖ ਦਿੰਦਾ ਮਾਸ਼ਾਅੱਲਾ ਦੇਖ ਲਓ ਕਿ ਇਸ ਸਾਈਡ ਤੋਂ ਤਾਂ ਨਾ ਪੱਕਣਾ ਸ਼ੁਰੂ ਹੋ ਗਿਆ ਆਹ ਦੇਖ ਲਓ ਇਸ ਸਾਈਡ 'ਤੇ ਹੁਣ ਮੈਂ ਇਹਦੇ ਉੱਪਰ ਨਾ ਥੋੜ੍ਹਾ ਥੋੜ੍ਹਾ ਲਾਉਣੀ ਹੈ ਆਇਲ ਅਤੇ ਆਇਲ ਲਾ ਕੇ ਵੀ ਫਿਰ ਮਾਸ਼ਾਅੱਲਾ ਇਹ ਨਾ ਬੜਾ ਜਲਦੀ ਤਿਆਰ ਹੋ ਜਾਏਗਾ ਅਤੇ ਮੇਰੀ ਹੱਲ ਲੈ ਕੇ ਲਓ ਜੀ ਮੈਂ ਨਾ ਬੁਰਸ਼ ਨਾਲ ਇਹਨੂੰ ਨਾ ਲਾਉਣੀ ਪਈ ਹਾਂ ਘੀ ਅਤੇ ਘੀ ਨਾਲ ਨਾ ਫਿਰ ਮਾਸ਼ਾਅੱਲਾ ਜਿਹੜਾ ਨਾ ਇਹ ਅੱਛਾ ਤਿਆਰ ਹੋ ਜਾਏਗਾ ਫਿਰ ਘੀ ਨਾਲ ਲੱਗੇਗਾ ਨਾ ਤਾਂ ਇਹਨੂੰ ਫਿਰ ਨਾ ਅੱਛੀ ਤਰ੍ਹਾਂ ਤਿਆਰ ਨਹੀਂ ਹੋਣਾ ਚਰਗੇ ਨੇ ਆਹ ਦੇਖੋ ਮਾਸ਼ਾਅੱਲਾ ਕਿੰਨਾ ਖੂਬਸੂਰਤ ਪੱਕਦਾ ਵੀ ਮੈਂ ਦਾ ਬਣਦਾ ਪਿਆ ਅਤੇ ਜੀ ਮਾਸ਼ਾਅੱਲਾ ਹੁਣ ਦੇਖਦੇ ਹਾਂ ਆਪਣਾ ਤੰਦੂਰੀ ਚਰਗਾ ਕਿੱਥੋਂ ਤੱਕ ਪਹੁੰਚਿਆ ਜੀ ਵੇਖੋ ਜੀ ਮਾਸ਼ਾਅੱਲਾ ਧੂਏ ਤਾਂ ਬੜੇ ਨਿਕਲਦੇ ਪਏ ਨੇ ਤਾਂ ਹੁਣ ਮਾਸ਼ਾਅੱਲਾ ਆਪਾਂ ਨਾ ਚੈੱਕ ਕਰਦੇ ਹਾਂ ਕਿਆ ਮਜ਼ੇ ਦਾ ਮਾਸ਼ਾਅੱਲਾ ਚਰਗਾ ਤਿਆਰ ਹੋਇਆ ਬਾਜੀ ਦਾ ਵੀ ਸ਼ੁਕਰੀਆ ਅਦਾ ਕਰਨਾ ਜਿਹੜੀ ਬਾਜੀ ਨੇ ਮੈਨੂੰ ਨਾ ਸਟੈਂਡ ਦਿੱਤਾ ਵਾ ਮਾਸ਼ਾਅੱਲਾ ਬਹੁਤ ਹੀ ਮਜ਼ੇ ਦਾ ਚਰਗਾ ਕਿਹੜਾ ਨਾ ਤਿਆਰ ਹੋ ਰਿਹਾ ਵਾ ਅਤੇ ਇਹ ਬਾਜੀ ਨੇ ਮੈਨੂੰ ਦਿੱਤਾ ਵਾ ਸਟੈਂਡ ਬੜੀ ਦੂਰੋਂ ਲਿਆ ਕੇ ਦਿੱਤਾ ਸੀਗਾ ਪਿੰਡ ਦੇ ਵਿੱਚੋਂ ਸਟੈਂਡ ਲੈ ਕੇ ਆਏ ਸੀਗੇ ਉਹਨਾਂ ਨੇ ਮੈਨੂੰ ਗਿਫਟ ਕੀਤਾ ਸੀਗਾ ਅਤੇ ਮਾਸ਼ਾਅੱਲਾ ਅੱਜ ਮੇਰੇ ਉਹ ਕੰਮ ਆ ਗਿਆ ਵਾ ਤੰਦੂਰ ਦੇ ਵਿੱਚ ਆਪਾਂ ਰੱਖਿਆ ਹੈ ਅਤੇ ਰੱਖ ਕੇ ਅਤੇ ਆਪਾਂ ਹੁਣ ਨਾ ਇਹਨੂੰ ਹੁਣ ਵੇਖਦੇ ਹਾਂ ਬਾਹਰ ਕੱਢ ਕੇ ਇੱਕ ਵਾਰੀ ਹੋਰ ਬਿਸਮਿਲ੍ਲਾ ਰਹਿਮਾਨ ਰਹੀਮ ਕਿਉਂਕਿ ਇਹਦੇ ਵਿੱਚ ਫਸ ਜਾਂਦੀਆਂ ਨਾ ਆਵਾ ਤਾਰਾਂ ਦੀਆਂ ਕਿਹੜੀਆਂ ਨਹੀਂ ਸਰਾ ਇੱਕ ਦਫ਼ਾ ਹੋਰ ਕੱਢ ਕੇ ਨਾ ਅਤੇ ਇਹਨੂੰ ਆਪਾਂ ਕੱਢਿਆ ਤਾਂ ਕੱਢ ਕੇ ਇਹਨੂੰ ਲਾਉਣੇ ਆਏ ਘੀ ਅਤੇ ਘੀ ਲਾ ਕੇ ਅਤੇ ਫਿਰ ਆਪਾਂ ਇਹਨੂੰ ਦੁਬਾਰਾ ਕਿਹੜਾ ਨਾ ਇਹਨੂੰ ਆਪਾਂ ਫਿਰ ਉਸੇ ਤੰਦੂਰ ਦੇ ਵਿੱਚ ਰੱਖਣੇ ਮਾਸ਼ਾਅੱਲਾ ਬੜਾ ਮਜ਼ੇ ਦਾ ਤਿਆਰ ਹੋ ਰਿਹਾ ਬਹੁਤ ਹੀ ਸੋਹਣਾ ਤਿਆਰ ਹੁੰਦਾ ਪਿਆ ਮਾਸ਼ਾਅੱਲਾ ਜੀ ਤੁਸੀਂ ਦੇਖੋ ਇੱਧਰ ਕਿੰਨਾ ਪਿਆਰਾ ਮਾਸ਼ਾਅੱਲਾ ਤੰਦੂਰੀ ਚਰਗਾ ਕਿਹੜਾ ਨਾ ਤਿਆਰ ਹੋ ਗਿਆ ਮਾਸ਼ਾਅੱਲਾ ਬੜਾ ਮਜ਼ੇ ਦਾ ਲੱਗ ਰਿਹਾ ਵਾ ਇੱਧਰ ਵੇਖੋ ਤੁਸੀਂ ਚੈੱਕ ਕਰੋ ਹੁਣ ਬਸ ਆਪਾਂ ਨਾ ਦੂਸਰੀ ਸਾਈਡ ਰੱਖਦੇ ਹਾਂ ਲਓ ਜੀ ਮੈਂ ਦੁਬਾਰਾ ਫਿਰ ਰੱਖ ਦਿੱਤਾ ਵਾ ਚਰਗਾ ਵਿੱਚ ਮਾਸ਼ਾਅੱਲਾ ਇਸ ਸਾਈਡ ਤੋਂ ਪੱਕ ਗਿਆ ਬਸ ਹੁਣ ਦੂਸਰੀ ਸਾਈਡ 'ਤੇ ਰਹਿ ਗਿਆ ਇਨਸ਼ਾਅੱਲਾ ਆਪਣਾ ਮਾਸ਼ਾਅੱਲਾ ਬੜਾ ਮਜ਼ੇ ਦਾ ਚਰਗਾ ਕਿਹੜਾ ਤਿਆਰ ਹੋਇਆ ਹੈਗਾ ਅਤੇ ਇੱਧਰ ਆਪਾਂ ਥੋੜ੍ਹਾ ਜਿਹਾ ਨਾ ਆਇਲ ਲਗਾ ਲੈਂਦੇ ਹਾਂ ਹੋਰ ਇਸ ਸਾਈਡ ਤੋਂ ਮਾਸ਼ਾਅੱਲਾ ਇੱਧਰ ਤਾਂ ਬਿਲਕੁਲ ਤਿਆਰ ਹੋ ਗਿਆ ਆਪਣੀ ਹੁਣ ਦੂਸਰੀ ਸੀਨੀਅਰ ਪਾਸੇ ਰਹਿ ਗਿਆ ਉੱਧਰ ਵੀ ਆਪਣਾ ਹੁਣ ਮਾਸ਼ਾਅੱਲਾ ਚਰਗਾ ਬੜਾ ਮਜ਼ੇ ਦਾ ਤਿਆਰ ਹੋ ਰਿਹਾ ਹੈਗਾ ਅਤੇ ਹੁਣ ਆਪਾਂ ਇਹਦੇ ਉੱਤੇ ਦੇ ਦਿੰਦੇ ਇੱਕ ਬੱਠਲ ਹੋਰ ਬੱਠਲ ਇੱਕ ਵਾਰ ਦੇ ਕੇ ਨਾ ਅਤੇ ਅਕੜੇ ਧੂੰਆਂ ਨਾ ਇਹਦੇ ਇਹ ਪਾਪ ਕਰੀ ਇਹਦੇ ਵਿੱਚ ਜਾਂਦੀ ਸੀ ਇਹਨੂੰ ਆਪਾਂ ਹੁਣ ਇਸ ਤਰ੍ਹਾਂ ਕਰਕੇ ਨਾ ਫਿਰ ਇਹਨੂੰ ਕਵਰ ਕਰ ਦਿੱਤਾ ਬਸ ਅਤੇ ਹੁਣ ਆਪਾਂ ਦੁਬਾਰਾ ਇਹਨੂੰ ਕਵਰ ਕਰ ਦਿੱਤਾ ਨਾ ਅਤੇ ਹੁਣ 10 ਮਿੰਟ ਬਾਅਦ ਫਿਰ ਤਾਂ ਆਪਾਂ ਚੈੱਕ ਕਰਾਂਗੇ ਅਤੇ ਮਾਸ਼ਾਅੱਲਾ ਚਰਗਾ ਕਿਹੜਾ ਬਿਲਕੁਲ ਤੰਦੂਰੀ ਚਰਗਾ ਬਿਲਕੁਲ ਰੈਡੀ ਹੋ ਜਾਂਦਾ ਮਾਸ਼ਾਅੱਲਾ ਅਤੇ ਇਹ ਮੈਂ ਨਾ ਅੱਜ ਬੈਗ ਬਾਜ਼ਾਰੋਂ ਨਵਾਂ ਲੈ ਕੇ ਆਈ ਸੀਗੀ ਅਤੇ ਇਹ ਉਹ ਕਾਫੀ ਉਹ ਬੈਗ ਹੈ ਨਾ ਕਾਫੀ ਬੜਾ ਹੈਗਾ ਅਤੇ ਉਹ ਫਿਰ ਮੇਰਾ ਬੇਟਾ ਕਹਿੰਦਾ ਸੀ ਕਿ ਮੈਂ ਉਹ ਨਹੀਂ ਲੈ ਕੇ ਜਾਣਾ ਹੈਗਾ ਉਹ ਕਾਫੀ ਬੜਾ ਹੈਗਾ ਅਤੇ ਉਹਨੂੰ ਨਾ ਖਿੱਚਣ ਲੱਗੇ ਬੜਾ ਮੁਸ਼ਕਲ ਬਣਦਾ
ਫਿਰ ਮੈਂ ਲਿਆਉਂਦਾ ਸੀ ਆ ਜਾ ਕੇ, ਇਹ ਬਹੁਤ ਛੋਟਾ ਜਿਹਾ ਹੈਗਾ ਅਤੇ ਕਿੱਦਾਂ ਮਰਜ਼ੀ ਹੱਥ ਫੜੀ ਰੱਖੇਗਾ ਨਾ, ਅਤੇ ਕੋਈ ਨਹੀਂ ਇੰਨਾ ਵਜ਼ਨ ਨਹੀਂ ਹੈਗਾ। ਅਤੇ ਹੁਣ ਆਪਾਂ ਰੱਖਣੇ ਆ ਆਪਣੇ ਬੇਟੇ ਦੇ ਕੱਪੜੇ ਇਹਦੇ ਵਿੱਚ, ਅਤੇ ਮੇਰੇ ਬੇਟੇ ਦੀ ਅੱਜ ਤਿਆਰੀ ਲਾਹੌਰ ਜਾਣੇ, ਬਸ ਉਹ ਜਾ ਰਿਹਾ ਵਾਪਸ। ਅਤੇ ਖਾਣਾ ਛਾਣਾ ਕਿਹੜਾ ਨਾ ਆਪਾਂ ਬਣਾ ਲਿਆ ਵਾ, ਬੜਾ ਹੀ ਮਜ਼ੇ ਦਾ ਚਰਗਾ ਬਣਿਆ, ਬੜਾ ਹੀ ਮਜ਼ਾ ਮਾਸ਼ਾਅੱਲਾ। ਤੰਦੂਰੀ ਚਰਗਾ ਕਿਹੜਾ ਨਾ ਬਹੁਤ ਹੀ ਮਜ਼ੇ ਦਾ ਬਣਿਆ, ਬਹੁਤ ਅੱਛਾ ਬਣਿਆ ਮਾਸ਼ਾਅੱਲਾ। ਅਤੇ ਚਟਨੀ ਵਗੈਰਾ ਨਾਲ ਮਾਸ਼ਾਅੱਲਾ, ਨਾਲ ਤੰਦੂਰ ਦੀਆਂ ਰੋਟੀਆਂ ਤਿੰਨ ਚਾਰ ਮੈਂ ਲਾ ਲਈਆਂ ਸੀ, ਤਿੰਨ ਚਾਰ ਮੈਂ ਦੂਸਰੀਆਂ ਰੋਟੀਆਂ ਕਿਹੜੀਆਂ ਨੇ ਉਹ ਬਣਾ ਲਈਆਂ ਸੀਗੀਆਂ ਤਵੇ 'ਤੇ, ਅਤੇ ਬਹੁਤ ਹੀ ਮਜ਼ੇ ਦਾ ਮਾਸ਼ਾਅੱਲਾ ਤੰਦੂਰੀ ਚਰਗਾ ਬਣਿਆ। ਅਤੇ ਆਪਾਂ ਸ਼ਰਟਾਂ ਕਿਹੜੀਆਂ ਨੇ, ਪੂਰੇ ਬਾਜ਼ਵਾਨੀਆਂ ਰੱਖ ਦਿੱਤੀਆਂ ਨੇ, ਅਤੇ ਹਾਫ ਬਾਜ਼ਵਾਨੀਆਂ ਸ਼ਰਟਾਂ ਇਹ ਵੀ ਰੱਖ ਦਿੱਤੀਆਂ ਨੇ। ਫਿਰ ਉਹ ਕੱਪੜੇ ਕਿਹੜੇ ਨਾਲ ਪਾ ਕੇ ਜਾਂਦਾ ਨਾ ਦਫ਼ਤਰ, ਆਹ ਪੈਂਟ ਬਾਹਰ ਰੱਖਦੇ ਨੇ, ਇਹ ਪੈਂਟ ਉਹਨੇ ਪਾਉਣੀ ਹੈ, ਅਤੇ ਆਹ ਟਰੋਜ਼ਰ ਸ਼ਰਟਾਂ ਆਹ ਪੈਂਟ ਕਿਹੜੀ ਵੀ ਰੱਖ ਦਿੰਦੇ ਵਿੱਚ। ਇੰਝ ਕਰਕੇ ਬਾਕੀ ਜਿਹੜਾ ਉਹ ਆਪੇ ਰੱਖ ਰੁੱਖ ਲੈ। ਚਲੋ ਜੀ, ਇਹ ਸਾਰਾ ਬੋਰਡ ਪੈਕ ਕਰ ਲਿਆ ਬਹੁਤ ਤਿਆਰ, ਅਤੇ ਨਾ ਇਹਨੂੰ ਆਪਾਂ ਕਰਨਾ ਬੰਦ। ਅਤੇ ਬਾਬਾ ਛੋਟਾ ਜਿਹਾ ਹੈਗਾ, ਮੈਨੂੰ ਬੜਾ ਪਸੰਦ ਆਇਆ ਸੀ, ਇਹਨੂੰ ਕਿਹੜਾ ਪਸੰਦ ਆਇਆ ਸੀ ਨਾ, ਉਹ ਗੋਲ ਚੱਕਰਾਂ ਦਾ ਕਿਹੜਾ ਸੀ ਨਾ ਘੁੰਮਦਾ ਸੀ ਚਾਰੋਂ ਤਰਫ ਘੁੰਮਦਾ ਸੀਗਾ, ਉਹ ਮਹਿੰਗਾ ਬੜਾ ਸੀਗਾ। ਫਿਰ ਅਸੀਂ ਆਹ ਹੀ ਲੈ ਲਿਆ, ਮੈਂ ਕਿਹਾ ਇਹ ਵੀ ਸੋਹਣਾ ਹੈ, ਬੜਾ ਪਿਆਰਾ ਕਲਰ ਹੈ, ਗ੍ਰੇ ਕਲਰ ਬੜਾ ਸੋਹਣਾ ਹੈਗਾ, ਅਤੇ ਆਪਾਂ ਇਹੀ ਲੈ ਲੈਣਾ। ਫਿਰ ਅਸੀਂ ਇਹੀ ਲੈ ਲਿਆ, ਅਤੇ ਅੱਜ ਦੇ ਵਲੋਗ ਦਾ ਆਪਾਂ ਕਰਨਾ ਇੱਥੇ ਐਂਡ। ਜਾਂ ਅੱਜ ਦਾ ਵਲੋਗ ਅੱਛਾ ਲੱਗਾ, ਲਾਈਕ ਕਰ ਦੇਣਾ, ਸ਼ੇਅਰ ਕਰ ਦੇਣਾ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ। ਆਪਣਾ ਬਹੁਤ ਸਾਰਾ ਖਿਆਲ ਰੱਖਣਾ, ਦੁਆ ਮੈਂ ਯਾਦ ਰੱਖਣਾ। ਅੱਲਾ ਹਾਫਿਜ਼।